ਰਾਜਵੀਰ ਤੋਂ ਯਾਦ ਆਇਆ ਉਹਦੇ ਵਿਆਹ ਬਾਰੇ ਕੀ ਸੋਚਿਆ ਮੈਂ ਸੋਚਣਾ ਕੀ ਹੈ ਪੰਡਿਤ ਜੀ ਮਾਡਰਨ ਖਿਆਲਾਂ ਦਾ ਮੁੰਡਾ ਉਹਨੇ ਕਾਲਜ ਚੋਂ ਕੁੜੀ ਲੱਭ ਕੇ ਆਪੇ ਕਰਾ ਕਰੂ ਲੈਣਾ ਯਾਰ ਕਰਾਉਣ ਨੂੰ ਤਾਕਤ ਵੀ ਤੇ ਕਿਹੜਾ ਮਰਜ਼ੀ ਨਾ ਕਰਾ ਲੂਗਾ ਰਾਜਵੀਰ ਪਲਿਆ ਭਾਵੇਂ ਆਪਣੇ ਨਾਨਕੇ ਮਾਮੇ ਕੋਲ ਆ ਪਰ ਖੂਨ ਤਾਂ ਮੇਰਾ ਹੀ ਆ ਨਾ ਅੱਜ ਤੱਕ ਨਾ ਉਹਨੇ ਕਦੇ ਮੇਰਾ ਕਹਿਣਾ ਮੋੜਿਆ ਤੇ ਨਾ ਹੀ ਗਾਹ ਨੂੰ ਮੋੜੂਗਾ ਤੁਸੀਂ ਪੰਡਿਤ ਜੀ ਜਿੱਥੇ ਉਂਗਲ ਕਰੋਗੇ ਉੱਥੇ ਉਹਦਾ ਵਿਆਹ ਕਰ ਦੇਵਾਂਗੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਉਂਗਲ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਕਰਿਓ ਜਿੱਧਰ ਕਰਨੀ ਰਾਜਵੀਰ ਅਸੀਂ ਵਿਆਹ ਕਦੋਂ ਕਰਾ ਰਹੇ ਹਾਂ ਲੈ ਬਹੁਤ ਜਲਦ ਪਹਿਲਾਂ ਮਾਮਾ ਮਾਮੀ ਨੂੰ ਮਿਲ ਲਈਏ ਹੈ ਨਾ ਕੁੜੀ ਪਸੰਦ ਆ ਨਾ ਲੈ ਲਈਏ ਫਿਰ ਲਾਵਾਂ ਉਹ ਲਾਵਾਂ ਵੀ ਲੈ ਲਈ ਪਹਿਲਾਂ ਤੇਰੇ ਡੈਡੀ ਨਾਲ ਗੱਲ ਤਾਂ ਕਰ ਲਈਏ ਮਨ ਤਾਂ ਜਾਣਗੇ ਨਾ ਡੈਡੀ ਆਪਾਂ ਤੇਰੇ ਡੈਡੀ ਨੂੰ ਪੁੱਛਣਾ ਥੋੜੀ ਆ ਦੱਸਣਾ ਵੀ ਤੁਹਾਡੇ ਮੁੰਡੇ ਦਾ ਵਿਆਹ ਧਰਤਾ ਮੈਨੂੰ ਜਵਾਬ ਨਹੀਂ ਦਿੰਦੇ ਉਹ ਆਪਾਂ ਇੱਕ ਦੂਜੇ ਦੀ ਪ੍ਰਸ਼ੰਸਾ ਤਾਂ ਬਹੁਤ ਕਰ ਲਈ ਬਾਈ ਮਿਸ ਜੇ ਕਾਕੇ ਨੂੰ ਬੁਲਾ ਕੇ ਪੁੱਛ ਲਈਏ ਉਹਨੂੰ ਕੀ ਪੁੱਛਣਾ ਉਹਨੂੰ ਤਾਂ ਬੁਲਾ ਕੇ ਦੱਸਣਾ ਵੀ ਇਹ ਬਿੱਲਾ ਤੇ ਆ ਬਿੱਲੇ ਦੀ ਲੂਸੀ ਆ ਕੇ ਪਟਾ ਪਾ ਡੈਡੀ ਮੈਨੂੰ ਨਹੀਂ ਪਤਾ ਬਿੱਲਾ ਕੌਣ ਆ ਮੈਨੂੰ ਨਹੀਂ ਪਤਾ ਲੂਸੀ ਕੌਣ ਆ ਮੈਨੂੰ ਬਸ ਇੰਨਾ ਪਤਾ ਵੀ ਮੈਂ ਹਰਮਨ ਨੂੰ ਪਿਆਰ ਕਰਦਾ ਤੇ ਮੈਂ ਵਿਆਹ ਵੀ ਇਹਦੇ ਨਾਲ ਹੀ ਕਰਾਉਣਾ ਪੁਨੀਆ ਜਿਹੜੀ ਤੂੰ ਮੇਰੀ ਘਰੇ ਬੁਲਾ ਕੇ ਬੇਇੱਜ਼ਤੀ ਕੀਤੀ ਹੈ ਨਾ ਨਹੀਂ 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 ਇਸ ਘਰ 'ਚ ਹੁਣ ਸ਼ਗਨ ਨਹੀਂ ਕੀਰਨੇ ਪੈਣਗੇ ਕੀਰਨੇ ਰਾਜਵੀਰ ਤੇਰੇ ਨਾਲ ਤਾਂ ਮੈਂ ਬਾਅਦ 'ਚ ਨਿਬੜਦਾ ਕੁੱਕੂ ਤੂੰ ਮੇਰੇ ਨਾਲ ਅੰਦਰ ਚੱਲ ਕੋਈ ਨਾ ਮੈਨੂੰ ਤੇ ਸਮਝ ਨਹੀਂ ਆਉਂਦੀ ਵਿਚਾਰੇ ਮਾਮਾ ਜੀ ਗੱਲ ਕਿਵੇਂ ਸ਼ੁਰੂ ਕਰਨਗੇ ਵਿਚਾਰੇ ਵਿਚੂਰੇ ਕੋਈ ਨਹੀਂ ਮਾਮੇ ਦਾ ਰਿਸ਼ਤਾ ਹੀ ਸਾਲਿਆਂ ਵਾਲਾ ਆਕੜ ਉਹਦੇ ਜੀਜਿਆਂ ਨਾਲ ਵੀ ਵੱਧ ਆ ਨਾਲੇ ਜੇ ਡੈਡੀ ਨੇ ਤੜਫੜ ਕੀਤੀ ਨਾ ਮਾਮੇ ਨੇ ਘੂਰ ਵੀ ਦੇਣਾ ਉਹਨਾਂ ਨੂੰ ਜੀਜਾ ਜੀ ਹੋਰ ਮੈਨੂੰ ਕਿੰਨਾ ਚਿਰ ਘੂਰੀ ਜਾਣਾ ਮੈਂ ਬਹਿ ਜਾ ਤੁਹਾਨੂੰ ਤਾਂ ਪਤਾ ਮੇਰੇ ਤੋਂ ਬਾਹਲਾ ਚਿਰ ਖੜਿਆ ਨਹੀਂ ਜਾਂਦਾ ਕਿਉਂ ਤੇਰੇ ਜਵਾਕ ਹੋਣ ਵਾਲਾ ਜਿਹੜਾ ਤੇਰੇ ਤੋਂ ਖੜਿਆ ਨਹੀਂ ਜਾਂਦਾ ਕਿਉਂ ਮੇਰੇ ਨਾਲ ਲੁੱਚੀਆਂ ਗੱਲਾਂ ਕਰਦੇ ਹੋ ਜੀਜਾ ਜੀ ਮੈਂ ਤੋਂ ਅੱਗੇ ਨਹੀਂ ਖੜਿਆ ਜਾਂਦਾ ਆਪ ਤਾਂ ਤੇਰੇ ਤੋਂ ਖੜਿਆ ਨਹੀਂ ਜਾਂਦਾ ਪਰ ਮੇਰੀ ਜਾਨ ਨੂੰ ਸਿਆਪਾ ਖੜਾ ਕਰਤਾ ਪਰ ਮੈਨੂੰ ਪਤਾ ਨਹੀਂ ਕਿਉਂ ਲੱਗੀ ਜਾਂਦਾ ਡੈਡੀ ਨੇ ਨਹੀਂ ਮੰਨਣਾ ਫਿਰ ਤੈਨੂੰ ਫਿਰ ਮਾਮੇ ਦੀ ਕਨਵਿੰਸਿੰਗ ਪਾਵਰ ਦਾ ਨਹੀਂ ਪਤਾ ਓਏ ਉਹਨੇ ਡੈਡੀ ਨੂੰ ਬੋਲਣੇ ਨਹੀਂ ਦੇਣਾ ਬੋਲੋ ਬੋਲੋ ਜਿੰਨਾ ਬੋਲਣਾ ਕੋਈ ਗੱਲ ਦਿਲ 'ਚ ਰਹਿ ਨਾ ਜਾਏ ਜਮਾਂ ਝਿਜਕ ਮੰਨਣ ਦੀ ਲੋੜ ਨਹੀਂ ਜਿਹਦੀ ਝਿਜਕ ਮੰਨਣੀ ਸੀ ਜਦ ਉਹੀ ਨਹੀਂ ਰਹੀ ਤੂੰ ਤੀ ਇਥੋਂ ਮੇਰਾ ਸਾਲਾ ਲੱਗਦਾ ਜਿਹਦੀ ਮੈਂ ਝਿਜਕ ਮੰਨੂ ਮਾਫ ਕਰਨਾ ਜੀਜਾ ਜੀ ਸਾਲਾ ਤਾਂ ਮੈਂ ਤੁਹਾਡਾ ਪਹਿਲੇ ਥਾਈ ਲੱਗਦਾ ਜੇ ਤੁਸੀਂ ਮੰਨੋ ਤਾਂ ਓ ਸਾਲਿਆ ਸ਼ਕਲ ਤੇਰੀ ਸਾਲਿਆ ਵਰਗੀ ਆ ਕਰਤੂਤਾਂ ਤੂੰ ਜੀਜੇ ਵਾਲੀਆਂ ਕਰਦਾ ਭਾਣ ਗਿਆ ਪੁੱਤਾਂ ਬਰਾਬਰ ਹੁੰਦਾ ਜਦੋਂ ਕੁੱਤੇ ਕੰਮ 'ਚ ਪਿਆ ਸੀ ਤੇ ਤੋ ਸਮਝਾ ਨਹੀਂ ਹੋਇਆ ਜੀਜਾ ਜੀ ਤੁਸੀਂ ਤਾਂ ਮੈਨੂੰ ਐ ਘੂਰੀ ਜਾਂਦੇ ਹੋ ਜਿਵੇਂ ਉਹਦੀ ਲਵ ਲੈਟਰ ਮੈਂ ਡਿਲੀਵਰ ਕਰਦਾ ਰਿਹਾ ਹੋਵਾਂ ਮੈਨੂੰ ਤਾਂ ਆਪ ਕੱਲ ਪਤਾ ਲੱਗਿਆ ਤੇ ਕੱਲ ਬੜਾ ਤੂੰ ਉਹਨੂੰ ਗੋਡਿਆਂ ਥੱਲੇ ਲੈ ਲਿਆ ਮੈਂ ਉਹਨੂੰ ਕੀ ਗੋਡਿਆਂ ਥੱਲੇ ਲੈਣਾ ਜੀ ਮੇਰੇ ਤੋਂ ਤਾਂ ਆਪ ਨਹੀਂ ਖੜਿਆ ਜਾਂਦਾ ਖਾਨਾ ਤੂੰ ਸਵਾ ਦਾਤਨ ਵਰਗੇ ਲੱਤਾਂ ਤੇ ਤਾਂ ਪਲਾਜ਼ਾ ਖੜਾ ਕਰੀ ਫਿਰਦਾ ਮੇਰੀ ਤਾਂ ਬਾਕਰ ਬਿੱਲੀ ਨਾਲ ਦੁਸ਼ਮਣੀ ਪਵਾਤੀ
ਉਹ ਜੀਜਾ ਜੀ ਕੀ ਤੁਸੀਂ ਜਾਲੀ ਜੇ ਬਦਮਾਸ਼ ਤੋਂ ਡਰੀ ਜਾਂਦੇ ਹੋ ਆ ਜਾਂ ਦੋ ਨੂੰ ਮੈਂ ਖੜਾ ਓਏ ਖੜਿਆ ਤੇ ਤੋ ਜਾਂਦਾ ਨਹੀਂ ਦਾਵੇ ਪਤਾ ਨਹੀਂ ਤੂੰ ਕਿਹੜੇ ਦਮ ਤੇ ਮਾਰਦਾ ਇਹ ਤਾਂ ਸ਼ੁਕਰ ਕਰ ਰਹੇ ਨੇ ਮੌਕੇ ਤੇ ਬਾਈ ਮਸਤੇ ਇੱਕੋ ਤੇ ਕੋਲ ਗੋਲੀ ਨਹੀਂ ਚੱਲੀ ਨਹੀਂ ਤੇਰੀ ਭੈਣ ਉੱਪਰ ਬੈਠੀ ਉਹਨੇ ਕਰਤੀ ਸੀ ਰੰਡੀ ਉਹ ਜੀਜਾ ਜੀ ਕੂਲ 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 ਇਹ ਜੇ ਮਸਲੇ ਆਰਾਮ ਨਾਲ ਬਹਿ ਕੇ ਹੱਲ ਹੁੰਦੇ ਨੇ ਸਿੱਧਾ ਕਹਿ ਮੈਥੋਂ ਖੜਿਆ ਨਹੀਂ ਜਾਂਦਾ ਸਲਾਹ ਨੇ ਬਾਨੇ ਬੈਠਣ ਨੂੰ ਫਿਰਦਾ ਮਾਮਾ ਭਾਣਜਾ ਰਲ ਕੇ ਬਹਿ ਗਏ ਮੇਰੀਆਂ ਜੜਾਂ 'ਚ ਅੰਦਰਲੀ ਗੱਲ ਸਮਝੋ ਜੀਜਾ ਜੀ ਆਪਣਾ ਰਾਜਵੀਰ ਹਰਮਨ ਨੂੰ ਪਿਆਰ ਕਰਦਾ ਕਰੀਏ ਬੇ ਪਿਆਰ ਮੈਨੂੰ ਨਹੀਂ ਕੋਈ ਇਤਰਾਜ਼ ਪਰ ਵਿਆਹ ਦਾ ਬਿੱਲੇ ਦੀ ਕੁੜੀ ਨਾਲ ਹੀ ਹੋਊਗਾ ਕਿਉਂਕਿ ਬਲਵੰਤ ਪੂਨੀਆ ਉਹਨੂੰ ਆਪਣੀ ਜ਼ੁਬਾਨ ਦੇ ਚੁੱਕਿਆ ਮਾਫ ਕਰਨਾ ਜੀਜਾ ਜੀ ਜ਼ਬਾਨ ਤਾਂ ਨਿੱਕਾ ਪੂਨੀਆ ਵੀ ਦੇ ਚੁੱਕਿਆ ਮੈਨੂੰ ਤੇਰੀ ਬਕਵਾਸ 'ਚੋਂ ਬਗਾਵਤ ਦੀ ਮੁਸ਼ਕ ਆ ਰਹੀ ਹੈ ਅੱਜ ਤੈਨੂੰ ਫੈਸਲਾ ਕਰਨਾ ਹੀ ਪਊਗਾ ਬਈ ਤੂੰ ਜੀਜੇ ਵੱਲ ਦਾ ਜਾਂ ਤੀਜੇ ਵੱਲ ਦਾ ਹੁਣ ਚੁੱਪ ਕਿਉਂ ਬੋਲ ਹੁਣ ਰਾਜਵੀਰ ਨੂੰ ਜਾ ਕੇ ਤੂੰ ਕਹੇਂਗਾ ਕਿ ਕੁੜੀ ਨੂੰ ਉਹਦੇ ਘਰੇ ਛੱਡ ਕੇ ਆਵੇ ਕਿ ਮੈਂ ਜਾ ਕੇ ਕਹਾਂ ਠੀਕ ਹੈ ਜੀਜਾ ਜੀ ਜੇ ਇਹ ਗੱਲ ਹੈ ਨਾ ਤਾਂ ਤੁਸੀਂ ਆਪ ਹੀ ਕਹਿ ਲਓ ਮੈਂ ਤਾਂ ਕਹੂੰਗਾ ਹੀ ਤੇ ਤੂੰ ਤਾਂ ਖੜਿਆ ਨਹੀਂ ਨਾ ਜਾਂਦਾ ਸਟੂਪਿਡ ਦੇਖ ਯਾਰ ਵਿਆਹ ਤਾਂ ਆਪਣਾ ਹੋਣਾ ਹੀ ਹੋਣਾ ਜੇ ਡੈਡੀ ਮੰਨ ਗਏ ਤਾਂ ਵੀ ਨਾ ਮੰਨੇ ਤਾਂ ਵੀ ਫਰਕ ਇਹੀ ਹੈ ਵੀ ਜੇ ਤਾਂ ਮੰਨ ਗਏ ਫਿਰ ਤਾਂ ਲੱਗੂ 65 ਲੱਖ ਰੁਪਇਆ ਤੇ ਜੇ ਨਾ ਮੰਨੇ ਫਿਰ 6500 ਮਤਲਬ ਸਿੱਧਾ ਹੈ ਮੈਰਿਜ ਪੈਲਸ ਦੇ ਵਿੱਚ ਸਰਦਾਰ ਜੀ ਦਾ 65 ਲੱਖ ਰੁਪਇਆ ਲੱਗਣਾ ਜੇ ਨਾ ਮੰਨੇ ਫਿਰ 6500 ਜੀ ਸਰ ਜਾਣਾ ਤੁਹਾਡਾ ਉਹ ਮਤਲਬ ਕੋਰਟ ਮੈਰਿਜ ਸੌਰੀ ਰਾਜਵੀਰ ਪਰ ਮੈਂ ਕੋਰਟ ਮੈਰਿਜ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ ਆਪਣੀ ਖੁਸ਼ੀਆਂ ਕਰਕੇ ਮੈਂ ਤੇਰੇ ਘਰਦਿਆਂ ਦਾ ਸਿਰ ਨੀਵਾਂ ਕਰਦਾ ਇਹ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਤੈਨੂੰ ਪਤਾ ਹੈ ਰਾਜਵੀਰ ਮੈਂ 4 ਸਾਲ ਦੀ ਸੀ ਜਦੋਂ ਮੈਨੂੰ ਕੋਈ ਅਨਾਥ ਆਸ਼ਰਮ ਛੱਡ ਗਿਆ ਸੀ ਸਾਰੀ ਉਮਰ ਮੈਂ ਫੈਮਲੀ ਦੀ ਉਡੀਕ ਕੀਤੀ ਉਹ ਵੀ ਉਸ ਫੈਮਲੀ ਦੀ ਜਿਨ੍ਹਾਂ ਦੀ ਮੈਂ ਕਦੇ ਸ਼ਕਲ ਤੱਕ ਨਹੀਂ ਦੇਖੀ ਤੈਨੂੰ ਪਤਾ ਜਦੋਂ ਤੂੰ ਆਪਣੀ ਫੈਮਲੀ ਦੀਆਂ ਗੱਲਾਂ ਕਰਦਾ ਹੁੰਦਾ ਸੀ ਨਾ ਮੈਂ ਇੰਨੀ ਖੁਸ਼ ਹੋ ਜਾਂਦੀ ਸੀ ਕਿ ਸ਼ਾਇਦ ਕਿਸੇ ਦਿਨ ਮੈਂ ਵੀ ਤੇਰੀ ਫੈਮਲੀ ਦਾ ਹਿੱਸਾ ਬਣੂੰਗੀ ਕਾਸ਼ ਅੰਕਲ ਮੰਨ ਜਾਣ ਸ਼ਾਬਾਸ਼ ਬਿਨਾਂ ਮਾਪਿਆਂ ਤੋਂ ਪਲੀ ਹੋਈ ਇੱਕ ਬੱਚੀ ਦੀ ਸੋਚ ਇੰਨੀ ਨੇਕ ਤੇ ਉੱਚੀ ਸੁੱਚੀ ਵੀ ਹੋ ਸਕਦੀ ਆ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਅਲਬੱਤਾ ਇਸ ਨਲਾਇਕ ਤੋਂ ਇਹ ਉਮੀਦ ਜ਼ਰੂਰ ਸੀ ਕਿ 6500 ਰੁਪਏ ਵਿੱਚ ਵਿਆਹ ਕਰਨ ਵਾਲੀ ਇੰਨੀ ਸਸਤੀ ਘਟੀਆ ਤੇ ਹਲਕੀ ਗੱਲ ਸਿਰਫ ਤੇ ਸਿਰਫ ਬਲਵੰਤ ਸਿੰਘ ਪੂਨੀਆ ਦਾ ਖੂਨ ਹੀ ਕਰ ਸਕਦਾ ਡੈਡੀ ਬਸ ਕਰੋ ਯਾਰ ਸਾਰਿਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਆ ਹਾਂ ਸੱਚ ਖੁਸ਼ੀ ਤੋਂ ਯਾਦ ਆਇਆ ਕਿ ਖੁਸ਼ੀ ਤਾਂ ਇਸ ਗੱਲ ਦੀ ਆ ਕਿ ਜ਼ਿੰਦਗੀ 'ਚ ਤੂੰ ਪਹਿਲੀ ਵਾਰੀ ਕੋਈ ਚੱਜ ਦਾ ਕੰਮ ਕੀਤਾ ਜਿਹੜਾ ਇਸ ਸੋਨੇ ਵਰਗੀ ਕੁੜੀ ਨੂੰ ਵਿਆਹ ਲਈ ਪਸੰਦ ਕੀਤਾ ਜੀਜਾ ਜੀ ਇਹਦਾ ਮਤਲਬ ਤੁਹਾਨੂੰ ਰਾਜਵੀਰ ਤੇ ਹਰਮਨ ਦੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ ਇਤਰਾਜ਼ ਸੀ ਸਿਰਫ ਦਰਵਾਜ਼ੇ ਦੇ ਉਸ ਪਾਰ ਤੱਕ ਇਸ ਪਾਰ ਆਉਂਦਿਆਂ ਹੀ ਇਸ ਬੱਚੀ ਨੇ ਮੇਰੀ ਸੋਚ ਬਦਲਤੀ ਦੇਖਿਆ ਮੈਂ ਤੈਨੂੰ ਕਿਹਾ ਸੀਗਾ ਨਾ ਡੈਡੀ ਨੇ ਮਾਮਾ ਜੀ ਕੋਲੋਂ ਮੰਨ ਜਾਣਾ ਮੰਨਦੇ ਕਿਵੇਂ ਨਹੀਂ ਥੈਂਕ ਯੂ ਡੈਡੀ ਥੈਂਕ ਯੂ ਅੰਕਲ ਅੰਕਲ ਨਹੀਂ ਅੱਜ ਤੋਂ ਡੈਡੀ ਥੈਂਕ ਯੂ ਡੈਡੀ ਅੱਜ ਤੁਸੀਂ ਇੱਕ ਅਨਾਥ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਦੀ ਫੈਮਲੀ ਦੀ ਕਮੀ ਪੂਰੀ ਕਰ ਦਿੱਤੀ ਪਰ ਇੱਕ ਪੰਗਾ ਹਲੇ ਵੀ ਆ ਤੁਸੀਂ ਤਾਂ ਉਹ ਬਾਗੜ ਵੇਲੇ ਨੂੰ ਜ਼ਬਾਨ ਦਿੱਤੀ ਹੋਈ ਆ ਜ਼ਬਾਨ ਦਿੱਤੀ ਸੀ ਬਲਵੰਤ ਸਿੰਘ ਪੂਨੀਆ ਨੇ ਤੇ ਉਹੀ ਜ਼ਬਾਨ ਹੁਣ ਵਾਪਸ ਲੈ ਕੇ ਆਊਗਾ ਇੱਕ ਧੀ ਦਾ ਪਿਓ ਵਾਹ ਸਰਦਾਰ ਜੀ ਵਾਹ ਮੰਨ ਗਏ ਤੁਹਾਨੂੰ ਤੁਸੀਂ ਤਾਂ ਅੱਜ ਸਾਬਤ ਕਰਤਾ ਬਈ ਪੂਨੀਆ ਖਾਨਦਾਨ ਦੀ ਜ਼ਬਾਨ ਕਦੇ ਵੀ ਫਿਰ ਸਕਦੀ ਹੈ ਚੁੱਪ ਜਾ ਤੂੰ ਚਾ ਰਹਿਣ ਦੇ ਮੈਂ ਚਲੋ ਅਭੀ ਜਾਣਾ ਸੀ ਜੇ ਗੇਟ ਬੰਦ ਨਾ ਹੁੰਦਾ ਰਾਜਵੀਰ ਗੇਟ ਖੋਲ ਕੇ ਹੱਸ ਲਓ ਪਤਾ ਤਾਂ ਉਦੋਂ ਲੱਗੂ ਜਦੋਂ ਬਾਗੜ ਬਿੱਲੇ ਦੇ ਪਿਸਤੌਲ ਦੇ ਮੂਹਰੇ ਜਵਾਬ ਦੇਣਾ ਪਿਆ ਪੰਡਿਤ ਜੀ ਬਿੱਲਾ ਜੀ ਘਰੇ ਹੈਗੇ ਵੀ ਨੇ ਬਾਹਰ ਜੀਪ ਤਾਂ ਹੈ ਨੀ ਜੀਪ ਹੋਵੇ ਨਾ ਹੋਵੇ ਆ ਘੋੜਾ ਤਾਂ ਪਿਆ ਇਹਦਾ ਮਤਲਬ ਘਰੇ ਹੀ ਨੇ ਸਰਦਾਰ ਜੀ ਦੇਖਿਓ ਭਰਿਆ ਹੋਇਆ ਕਿ ਖਾਲੀ ਆ ਯਾਰ ਤੈਨੂੰ ਪਰੇ ਖਾਲੀ ਨਾਲ ਕੀ ਆ ਤੂੰ ਇੱਕ ਸ਼ਰਲ ਦੀ ਮਾਰ ਆ ਤੇਰੇ ਵਰਗਾ ਤਾਂ ਇਹਨੂੰ ਦੇਖ ਕੇ ਖਾਲੀ ਹੋ ਜਾਂਦਾ ਸੁੱਸੂ ਜੋ ਨਿਕਲ ਜਾਂਦਾ ਭੁਲੇਖੇ ਚ ਨਾ ਰਿਹਾ ਜਾਗਰ ਬਿੱਲਾ ਹਰ ਵੇਲੇ ਲੋੜ ਕਰਕੇ ਰੱਖਦਾ ਹੈ ਬਿੱਲਾ ਜੀ ਇਹਦਾ ਮੂੰਹ ਪਰਾਂ ਨੂੰ ਕਰ ਲੋ ਕਈ ਵਾਰ ਬਾਈ ਮਿਸਟੇਕ ਚੱਲ ਜਾਂਦੀ ਹੁੰਦੀ ਆ ਪੰਡਤ ਜੀ ਬਾਈ ਮਿਸਟੇਕ ਉਦੋਂ ਚੱਲਦੀ ਜਦੋਂ ਸਫਾਈ ਲਈ ਹੋਵੇ ਜਦੋਂ ਮਸਲਾ ਕਰਦਾ ਹੋਵੇ ਤਾਂ ਮਿੱਥ ਕੇ ਚਲਾਈਦੀ ਆ ਪੂਨੀਆ ਪੂਨੀਆ ਨਹੀਂ ਪੂਨੀਆ ਸਾਹਿਬ ਕਹਿ
साहब कहाउण वाले तेरे लक्षण है एक गुड्डे गुड्डी का खेल है जो मर्जी रिश्ता जोड़ लो जो मर्जी तोड़ लो हथा नाल गंडा दित्तियां होईयां ना दंदा नाल खोलनिया पैंदियां सरदार साहब बंदा कारीगर चाहिदा खुल तां पलास नाल भी जांदियां नाल इह कित्थों दा इंसाफ है गंडा मारे निक्का पूनिया खोलण लई खज्जल हुंदा फिर वड्डा पूनिया ना जिहड़ी मेरी बेइज्जती घर वाला के कीती है उहदा इंसाफ कौन करू उहदा इंसाफ मैं कर दिंदा ਤੁਸੀਂ ਇਹਨਾਂ ਦੇ ਘਰੇ ਗਏ ਹੋ ਸੀ ਇਹਨਾਂ ਨੇ ਤੁਹਾਡੀ ਬੇਇੱਜ਼ਤੀ ਕੀਤੀ ਹੁਣ ਇਹ ਤੁਹਾਡੇ ਘਰੇ ਆਏ ਹੋਏ ਨੇ ਤੁਸੀਂ ਇਹਨਾਂ ਦੀ ਬੇਇੱਜ਼ਤੀ ਕਰਦੇ ਸਾਹ ਬਰਾਬਰ ਕੀ ਬਕਵਾਸ ਕਰ ਰਹੇ ਹੋ ਚਲੋ ਮੰਨਿਆ ਬੇਇੱਜ਼ਤੀ ਨਾਲ ਬੇਇੱਜ਼ਤੀ ਕੈਨਸਲ ਹੋ ਗਈ ਪਰ ਮੈਂ ਲੋਕਾਂ ਨੂੰ ਕਿਹੜਾ ਮੂੰਹ ਦਿਖਾਉਂਗਾ ਆਹੀ ਮੂੰਹ ਦਿਖਾ ਦੀ ਜਿਹੜਾ ਜੇਲ੍ਹ ਯਾਤਰਾ ਤੋਂ ਬਾਅਦ ਦਿਖਾਇਆ ਸੀ ਜੇਲ੍ਹ ਯਾਤਰਾ ਮੈਂ ਬਾਈ ਮਿਸਟੇਕ ਕਤਲ ਕਰਕੇ ਕੀਤੀ ਸੀ ਜੇ ਤੂੰ ਚਾਹੁੰਦਾ ਕਿ ਰਾਸ਼ਨ ਕਾਰਡ ਤੇ ਤੇਰੇ ਨਾਂ ਦੀ ਚੀਨੀ ਹਜੇ ਵੀ ਮਿਲਦੀ ਰਹੇ ਤਾਂ ਆਪਦੇ ਮੁੰਡੇ ਨੂੰ ਕਹਿ ਦੀ ਕਿ ਸਿਹਰਾ ਬੰਨ ਕੇ ਚੁੱਪ ਚਾਪ ਮੇਰੇ ਘਰ ਆ ਜੇ ਸਿਹਰਾ ਬੰਨ ਕੇ ਤਾਂ ਰਾਜਵੀਰ ਹੁਣ ਉੱਥੇ ਟੁੱਕੂਗਾ ਜਿੱਥੇ ਉਹ ਚਾਹੁੰਦਾ ਉਹ ਵੀ ਚੁੱਪ ਚੁਪੀਤੇ ਨਹੀਂ ਪੂਰੇ ਢੋਲ ਢਮੱਕੇ ਨਾਲ ਨਿਉਤਾ ਦੇ ਚੱਲਿਆ ਬਲਵੰਤ ਸਿੰਘ ਪੂਨੀਆ ਆ ਜੀ ਅਗਲੇ ਸਾਲ ਲੋਹੜੀ ਤੇ ਧੂਣੀਆਂ ਵੇਖੀ ਫਿਰ ਧਮਾਲਾਂ ਪੈਂਦੀਆਂ ਜਦੋਂ ਨਿੱਕੇ ਪੂਨੀਆ ਨੇ ਜੰਮਿਆ ਮਾਈਕਰੋ ਪੂਨੀਆ ਚੱਲ ਬਿੱਟੂ ਬੇਟੇ ਮੋਰੀ ਦੀ ਅੱਟ ਚੁਵਾਰੇ 'ਚ ਨਹੀਂ ਮੋਰੀ 'ਚ ਠੀਕ ਰਹਿੰਦੀ ਹੈ ਮਾਮਾ ਜੀ ਸਭ ਠੀਕ ਤੇ ਹੋ ਜੂਗਾ ਨਾ ਮਾੜੀ ਮੋਟੀ ਧੱਕਾ ਮੁੱਕੀ ਤਾਂ ਉਹ ਕਰੂਗਾ ਪਰ ਇੰਨੀ ਕੁ ਜੀਜਾ ਜੀ ਸਹਿ ਲੈਣਗੇ ਉਹ ਮੈਨੂੰ ਆਇਆ ਜੀ ਕਿਤੇ ਡੰਗਰ ਜਾ ਗੋਲੀ ਗੋਲੀ ਨਾ ਚਲਾ ਦੇਵੇ ਗੋਲੀ ਪੈਂਦੀ ਤਾਂ ਹੈ ਨਹੀਂ ਸੀ ਉਹਦੇ ਕੋਲੋਂ ਚਲਾਊਗਾ ਸਵਾ ਸੌਰੀ ਰਾਜਵੀਰ ਇਹ ਸਭ ਮੇਰੇ ਕਰਕੇ ਹੋ ਰਿਹਾ ਮੈਂ ਤੈਨੂੰ ਕਿਹਾ ਸੀਗਾ ਨਾ ਗੁੱਡ ਮੈਰਿਜ ਕਰਾ ਲੈਂਦੇ ਹਾਂ ਤੂੰ ਹੀ ਐਵੇਂ ਫੈਮਿਲੀ ਦੇ ਚੱਕਰਾਂ 'ਚ ਪਈ ਤੇ ਮੈਨੂੰ ਲੱਗਦਾ ਜੀ ਮੇਰੇ ਵਾਲੀ ਵੀ ਗਈ ਸ਼ੁਭ ਸ਼ੁਭ ਬੋਲੋ ਯਾਰ ਇੱਕ ਮਿੰਟ ਹੈਲੋ ਸਤਿ ਸ਼੍ਰੀ ਅਕਾਲ ਜੀਜਾ ਜੀ ਕੀ ਗੱਲ ਸਾਲ ਹੋ ਗਿਆ ਮੈਨੂੰ ਮਿਲੇ ਨੂੰ ਜਿਹੜਾ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਹਲੇ ਸਵੇਰੇ ਤਾਂ ਘਰੋਂ ਆਇਆ ਇੱਕ ਜ਼ਰੂਰੀ ਗੱਲ ਕਰਨੀ ਸੀ ਦੇਖ ਜੇ ਕੋਈ ਕੰਮ ਦੀ ਗੱਲ ਆ ਤਾਂ ਕਰੀ ਮੈਨੂੰ ਬੋਰ ਨਾ ਕਰੀ ਮੈਂ ਅੱਗੇ ਹੀ ਬਹੁਤ ਟੈਂਸ ਆ ਗੱਲ ਤਾਂ ਕੰਮ ਦੀ ਆ ਸਟੋਰੀ ਸੁਣਾਉਣੀ ਸੀ ਤੇਰੀ ਭੈਣ ਕੋਲ ਹੈਗੀ ਹੈਗੀ ਆ ਫਿਰ ਉਹਨੂੰ ਸੁਣਾ ਸਟੋਰੀ ਓਏ ਕੋਈ ਫੋਨ ਤੇ ਵੀ ਸਟੋਰੀ ਸੁਣਾਉਂਦਾ ਹੁੰਦਾ ਫੋਨ ਤੇ ਤਾਂ ਸਟੋਰੀ ਪਾਈ ਦੀ ਆ ਕੱਟ ਫੋਨ ਜੀਜਾ ਜੀ ਗੱਲ ਤਾਂ ਸੁਣੋ ਮੈਂ ਕਹਿੰਦਾ ਕੱਟ ਫੋਨ ਨਹੀਂ ਤਾਂ ਮੈਂ ਬਲੌਕ ਕਰ ਦੇਣਾ ਜੀਜਾ ਜੀ ਤੁਹਾਨੂੰ ਮੇਰੀ ਭੈਣ ਦੀ ਸੌਂ ਜੇ ਤੁਸੀਂ ਮੇਰਾ ਨੰਬਰ ਬਲੌਕ ਕੀਤਾ ਪਹਿਲਾਂ ਤਾਂ ਮੈਂ ਸ਼ਾਇਦ ਨਾ ਕਰਦਾ ਹੁਣ ਤੂੰ ਮੈਨੂੰ ਜਸਮੀਤ ਦੀ ਸੌਂ ਦਿੱਤੀ ਹੈ ਨਾ ਹੁਣ ਤਾਂ ਪੱਕਾ ਕਰੂ ਕੱਟ ਫੋਨ ਦੋਨੋਂ ਭੈਣ ਭਰਾ ਇੰਨੇ ਢੀਠ ਹੋ ਮਜਾਲਾ ਕੋਈ ਗੱਲ ਮੰਨ ਲਓ ਮੈਂ ਜਸਮੀਤ ਬੋਲਦੀ ਹਾਂ ਹੈ ਜੀ ਹੈਲੋ ਹਾਂ ਹਾਂ ਜਲਦੀ ਬੋਲ ਮੇਰੇ ਤੋਂ ਤਾਂ ਅੱਗੇ ਨਹੀਂ ਖੜਿਆ ਜਾਂਦਾ ਤੁਸੀਂ ਖੜੋ ਭਾਵੇਂ ਬੈਠੋ ਅਸੀਂ ਟਿੰਡੇ ਲੈਣੇ ਮੈਂ ਤਾਂ ਬਸ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਰਾਜਵੀਰ ਦਾ ਕੀ ਬਣਿਆ ਮੈਂ ਉਹਦੀ ਮਾਂ ਨਾ ਸੀ ਪਰ ਪਾਲਿਆ ਤਾਂ ਉਹਨੂੰ ਮਾਵਾਂ ਵਾਂਗ ਹੈ ਨਾ ਮੈਨੂੰ ਇਹ ਦੱਸੋ ਕਿ ਜੀਜਾ ਜੀ ਮੰਨ ਗਏ ਹਾਂ ਮੰਨ ਤਾਂ ਗਏ ਪਰ ਸਾਡੇ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਸੇ ਹੋਰ ਨੂੰ ਜ਼ਬਾਨ ਦੇ ਦਿੱਤੀ ਸੀ ਉਹ ਵਾਪਸ ਲੈਣ ਗਏ ਆ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਰਾਜਵੀਰ ਦਾ ਵਿਆਹ ਉੱਥੇ ਹੀ ਹੋਊਗਾ ਜਿੱਥੇ ਉਹ ਚਾਹੁੰਦਾ ਮੈਨੂੰ ਲੱਗਦਾ ਜੀਜਾ ਜੀ ਆ ਗਏ ਕੱਟ ਫੋਨ ਦੇਖ ਵੈਸੇ ਚੰਦ ਤਾਂ ਪੂਰਾ ਬਣਦਾ ਆ ਗਏ ਸਹੀ ਸਲਾਮਤ ਬਚ ਕੇ ਆਉਂਦੇ ਆਸਾਰ ਤਾਂ ਹੈ ਨਹੀਂ ਸੀ ਪਰ ਫਿਰ ਵੀ ਮੈਂ ਸਰਦਾਰ ਜੀ ਨੂੰ ਔਖਾ ਸੌਖਾ ਕੱਢ ਲਿਆ ਮੈਂ ਕੱਢਣ ਨੂੰ ਮੈਨੂੰ ਚੰਬਲ ਘੱਟ ਚੋਂ ਕੱਢ ਕੇ ਲੈ ਕੇ ਆਇਆ ਚੱਬਾ ਜਾ ਇੱਥੋਂ ਚਾ ਰਹਿਣ ਦੇ ਮੈਂ ਚਲੇ ਵੀ ਜਾਣਾ ਸੀ ਜੇ ਕਿਤੇ ਤੁਹਾਡਾ ਮੇਰੇ ਬਿਨਾਂ ਸਰਦਾ ਹੁੰਦਾ ਤੇਰੇ ਬਿਨਾਂ ਬਿੱਟੂ ਬੇਟੇ ਤੂੰ ਕਿਸ ਦਾ ਕੀ ਸਵਾਰਨਾ ਤੂੰ ਤਾਂ ਬੱਕਰੀ ਦੀ ਉਹ ਯੂਜ਼ਲੈਸ ਪੂਛ ਆ ਜਿਹੜੀ ਨਾ ਇਸਦਾ ਢੱਕਦੀ ਆ ਨਾ ਮੱਖੀ ਉਡਾਉਂਦੀ ਆ ਉਹ ਡੈਡੀ ਤੁਸੀਂ ਇਹਨੂੰ ਛੱਡੋ ਇਹ ਦੱਸੋ ਫੈਸਲਾ ਕੀ ਕਰਕੇ ਆਏ ਹੋ ਫੈਸਲਾ ਕੀ ਕਰਕੇ ਆਉਣਾ ਸੀ ਕੱਲ ਨੂੰ ਪੰਡਿਤ ਜੀ ਨੂੰ ਬੁਲਾਵਾਂਗੇ ਤੁਹਾਡੀਆਂ ਕੁੰਡਲੀਆਂ ਦਿਖਾਵਾਂਗੇ ਕੋਠੇ ਤੇ ਸਪੀਕਰ ਲਾਵਾਂਗੇ ਤੇ ਫਿਰ ਢੋਲੇ ਦੀਆਂ ਲਾਵਾਂਗੇ ਡੈਡੀ ਇਹਦਾ ਮਤਲਬ ਬਿੱਲਾ ਅੰਕਲ ਮੰਨ ਗਏ ਓਏ ਇਹੋ ਜਿਹੇ 20 ਕੁੱਤੇ ਬਿੱਲੇ ਤੁਰੇ ਫਿਰਦੇ ਆ ਉਹਦੇ ਮੰਨਣ ਨਾਲ ਕੀ ਫਰਕ ਪੈਂਦਾ ਮੈਂ ਉਹਨੂੰ ਇੱਕ ਵਾਰੀ ਬੰਦਿਆਂ ਵਾਂਗੂ ਸਮਝਾਤਾ ਦੇਖ ਵੀ ਬਿੱਲਿਆ ਚਾਹੇ ਚਾਉਂ ਕਰ ਚਾਹੇ ਮਿਆਉਂ ਕਰ ਰਾਜਵੀਰ ਦਾ ਵਿਆਹ ਹੋਊਗਾ ਤੇ ਸਿਰਫ ਹਰਮਨ ਨਾਲ ਹੋਊਗਾ ਥੈਂਕ ਯੂ ਡੈਡੀ ਤੁਸੀਂ ਸਾਡੇ ਲਈ ਆਪਣੀ ਜਾਨ ਜੋਖਮ ਚ ਪਾਈ ਹਾਏ ਬਲਵੰਤ ਸਿੰਘ ਪੂਨੀਆ ਦੀ ਜਾਨ ਉਹਦੀ ਇਕਲੌਤੀ ਔਲਾਦ ਆ ਔਲਾਦ ਭਾਵੇਂ ਸਿਰੇ ਦੀ ਚਾਵਲਾ ਪਰ ਉਹਦੀ ਖੁਸ਼ੀ ਦੀ ਖਤ ਓਏ ਬਾਗੜ ਬਿੱਲਾ ਤਾਂ ਕੀ ਬੱਬਰ ਸ਼ੇਰ ਨਾਲ ਵੀ ਟੱਕਰ ਲੈ ਸਕਦਾ ਜਿਹਦੇ ਅੱਗੇ ਮਿੱਟੀ ਆਹ ਚੰਨ ਤਾਰੇ ਵੇ ਹੁਸਨ ਮੇਰੇ ਨੇ ਪਿਆ ਚੰਨ ਠਾਰੇ ਵੇ ਜਿਹਦੇ ਅੱਗੇ ਮਿੱਟੀ ਆਹ ਚੰਨ ਤਾਰੇ ਵੇ ਹੁਸਨ ਮੇਰੇ ਨੇ ਪਿਆ ਚੰਨ ਠਾਰੇ ਵੇ ਪਾਣੀਆਂ ਨੂੰ ਮੱਚਣਾ ਪਊ ਜੇ ਯਾਰੀ ਲਈ ਆ ਜੱਟੀ ਨਾ ਲਈ ਆ ਜੱਟੀ ਨਾ ਖਿਆਲ ਰੱਖਣਾ ਪਊ ਜੇ ਯਾਰੀ ਲਈ ਆ
ਜਿਹੜੇ ਮੇਰੇ ਲਹਿੰਗੇ ਹੋਣਗੇ ਸ਼ੀਸ਼ਿਆਂ ਨਾਲ ਜਿਹੜੇ ਮੇਰੇ ਲਹਿੰਗੇ ਹੋਣਗੇ ਸਸਤੇ ਨਹੀਂ ਹੋਣੇ ਥੋੜੇ ਮਹਿੰਗੇ ਹੋਣਗੇ ਸ਼ੀਸ਼ਿਆਂ ਨਾਲ ਜਿਹੜੇ ਮੇਰੇ ਲਹਿੰਗੇ ਹੋਣਗੇ ਪੈਸੇ ਦੀ ਗਰੰਟੀ ਚੱਕ ਤੂੰ ਸੋਹਣਿਆ ਤੋਰ ਮੇਰੀ ਵੇਖ ਲੋਕੀ ਕਹਿੰਦੇ ਹੋਣਗੇ ਬਈ ਇਹਦੇ ਕੋਲੋਂ ਬਚਣਾ ਪਊ ਜੇ ਯਾਰੀ ਲਾਈ ਆ ਜੱਤੀ ਨਾ ਪੰਡਿਤ ਜੀ ਕੀ ਸੋਚਦੇ ਹੋ ਕੁੰਡਲੀਆਂ ਮੂਰੇ ਪਈਆਂ ਨੇ ਦੇਖਦੇ ਕਿਉਂ ਨਹੀਂ ਕਿਸੇ ਹੋਰ ਪੰਡਿਤ ਨੂੰ ਦਿਖਾ ਲਓ ਕੀ ਗੱਲ ਪੰਡਿਤ ਜੀ ਤੁਸੀਂ ਰਿਟਾਇਰ ਹੋ ਗਏ ਸਾਲਿਆ ਰਿਟਾਇਰ ਹੋਣ ਨੂੰ ਇਹ ਕਾਨੂੰ ਗੋ ਲੱਗਿਆ ਸਰਦਾਰ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕੱਲ ਮੇਰੇ ਨਾਲ ਘੱਟ ਹੋਈ ਹੈ ਜਿਹੜਾ ਅੱਜ ਫਿਰ ਸ਼ੁਰੂ ਹੋ ਗਏ ਕਿਉਂ ਕੱਲ ਕੀ ਹੋਇਆ ਸੀ ਕਾਨੂੰ ਤੁਹਾਨੂੰ ਪਤਾ ਕੱਲ ਕੀ ਹੋਇਆ ਸੀ ਆਪ ਤਾਂ ਕੱਲ ਬਿੱਲੇ ਦੇ ਘਰੋਂ ਬਿੱਟੂ ਨੂੰ ਲੈ ਕੇ ਆ ਗਏ ਮੇਰੇ ਕੋਲ ਛਾਪਾ ਪਾ ਗਏ ਅਗਲੇ ਨੇ ਤਾਂ ਧਰ ਲਈ ਪਿਸਤੌਲ ਮੇਰੀ ਪੁੜਪੁੜੀ ਤੇ ਫਿਰ ਤੁਸੀਂ ਉਹਨੂੰ ਕਿਹਾ ਨਹੀਂ ਰਾਮ 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 ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਰਾਮ 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 ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਕਿਹਾ ਸੀ ਪਰ ਉਹ ਬਿੱਜੂ ਜਾ ਮੰਨਦਾ ਮੈਂ ਕਿਹਾ ਬਿੱਲਾ ਜੀ ਮੈਂ ਮੰਨਦਾ ਬਈ ਮੇਰੇ ਕਰਕੇ ਤੁਹਾਡੀ ਭੋਰਾ ਖਦਕ ਹੋਈ ਹੈ ਪਰ ਇੰਨੀ ਖਦਕ ਦੀ ਸਜ਼ਾ ਗੋਲੀ ਥੋੜਾ ਬਣਦੀ ਹੈ ਆ ਮੇਰੇ ਹਿਸਾਬ ਨਾਲ ਜਿਹੜੇ ਦੋ ਚਾਰ ਤਫੇ ਬਣਦੇ ਉਹ ਮਾਰ ਲਓ ਫਿਰ ਉਹਨੇ ਮਾਰ ਲਏ ਚੁੱਪਾ ਜਾ ਤੂੰ ਚਾ ਰਹਿਣ ਦੇ ਮੈਂ ਚਲਾ ਵੀ ਜਾਣਾ ਸੀ ਜੇ ਕਿਤੇ ਮੇਰੇ ਕੋਲੇ ਬੱਸ ਦਾ ਕਿਰਾਇਆ ਹੁੰਦਾ ਉਹ ਪੰਡਿਤ ਜੀ ਮਾਰਾ 250 ਰੁਪਇਆ ਦੇ ਮੱਥੇ ਜਜਮਾਨਾ ਪ੍ਰੋਹਿਤਾ ਤੋਂ ਪੈਸੇ ਲਈਦੇ ਆ ਕਿ ਦੇਈਦੇ ਆ ਪੰਡਿਤ ਜੀ ਤੁਹਾਡਾ ਮੇਰਾ ਕੋਈ ਪੈਸੇ ਵਾਲਾ ਪਿਆਰ ਆ ਉਹ ਤਾਂ ਮੈਨੂੰ ਪਤਾ ਜਮਾਂ ਸੁੱਕਾ ਸਲਾਬਾ ਵੀ ਕਰ ਦੇਗੇ ਪੰਡਿਤ ਜੀ ਤੁਸੀਂ ਕੁੰਡਲੀਆਂ ਤਾਂ ਮਿਲਾਓ ਕਾਕਾ ਤੂੰ ਪਿੱਛੇ ਨਾ ਬੋਲ ਤੂੰ ਅਜੇ ਨਿਆਣਾ ਹੈ ਪੰਡਿਤ ਜੀ ਵਿਆਹੀ ਕੁੜੀ ਨੂੰ ਨਾਲ ਘੜੀ ਸੀ ਫਿਰਦਾ ਹਲੇ ਇਹ ਨਿਆਣਾ ਚੁੱਪ ਓਏ ਇਹਨੇ ਮੇਰੇ ਕੋਲੋਂ ਛਿੱਤਰ ਖਾਣੇ ਆ ਹੋਰ ਗੱਲ ਕੋਈ ਨਹੀਂ ਪੰਡਿਤ ਜੀ ਤੁਸੀਂ ਗੁੱਸਾ ਛੱਡੋ ਜਵਾਕਾਂ ਦੇ ਵਾਸਤੇ ਪਲੀਜ਼ ਕੁੰਡਲੀ ਦੇਖੋ ਸਰਦਾਰ ਜੀ ਤੁਸੀਂ ਜ਼ੁਬਾਨ ਤੋਂ ਮੁੱਕਰਨ ਲੱਗਿਆ ਦੇਖਿਆ ਸੀ ਜਿਹੜਾ ਮੈਂ ਕੁੰਡਲੀਆਂ ਦੇਖਾਂ ਜ਼ੁਬਾਨ 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 ਮੈਂ ਹੁਣ ਤੱਕ 50 ਵਾਰੀ ਇਹ ਗੱਲ ਸੁਣ ਚੁੱਕਿਆ ਕਈ ਵਾਰੀ ਮੇਰਾ ਜੀ ਕਰਦਾ ਮੈਂ ਆਪਣੀ ਜ਼ੁਬਾਨ ਵੱਢ ਕੇ ਸੁੱਟ ਦਿਆਂ ਕਿਉਂ ਵੱਢ ਕੇ ਸੁੱਟਣੀ ਹੈ ਜੀ ਐਵੇਂ ਕੋਈ ਕੁੱਤਾ ਬਿੱਲਾ ਚੱਕ ਕੇ ਲੈ ਜਾਊਗਾ ਹੁਣ ਚੰਗੀ ਭਲੀ ਰੋਟੀ ਖਾਂਦੇ ਹੋ ਤੇਰੀ ਮੈਂ ਪੰਡਿਤ ਜੀ ਤੁਸੀਂ ਬੱਚਿਆਂ ਦੇ ਗ੍ਰਹਿ ਮਿਲਾ ਕੇ ਉਹਨਾਂ ਨੂੰ ਇੱਕ ਕਰੋ ਉਹਨਾਂ ਦਾ ਰਿਸ਼ਤਾ ਜੋੜੋ ਹਾਂ ਜੋੜਨ ਨੂੰ ਪੰਡਿਤ ਜੀ ਬਿਲਡਿੰਗ ਸੈੱਟ ਲਈ ਫਿਰਦੇ ਨੇ ਬੈਠੇ ਦਾ ਤੂੰ ਚੁੱਪ ਨਹੀਂ ਕਰ ਸਕਦਾ ਚੁੱਪ ਜਾ ਇੱਥੋਂ ਚਰਣ ਦੇ ਮੈਂ ਚਲਾ ਵੀ ਜਾਣਾ ਸੀ ਜੇ ਜੁੱਤੀ ਵੱਜ ਜਾਂਦੀ ਪੰਡਿਤ ਜੀ ਪਲੀਜ਼ ਕੁੰਡਲੀ ਦੇਖੋ ਸਰਦਾਰ ਜੀ ਮੈਂ ਨਹੀਂ ਦੇਖਣੀ ਕੁੰਡਲੀ ਰਾਜਵੀਰ ਤੂੰ ਕੁਝ ਬੋਲੇਂਗਾ ਮਨਾ ਲਾ ਪੰਡਿਤ ਜੀ ਨੂੰ ਓਏ ਯਾਰ ਡੈਡੀ ਤੂੰ ਨਹੀਂ ਮੰਨ ਰਿਹਾ ਕਿ ਮੈਂ ਦੱਸ ਕੇ ਮਨਾ ਲਵਾਂ ਜਿਵੇਂ ਮੈਨੂੰ ਮਨਾਉਂਦਾ ਉਹਨੇ ਓਏ ਯਾਰ ਹੁਣ ਮੈਂ ਪੰਡਿਤ ਜੀ ਦੀਆਂ ਪੱਪੀਆਂ ਲੈਂਦਾ ਚੰਗਾ ਲੱਗੂਗਾ ਅੰਕਲ ਜੀ ਤੁਸੀਂ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਦੋਨੋਂ ਜਣੇ ਇੱਕ ਹੋ ਜਾਈਏ ਕਿਉਂ ਨਹੀਂ ਚਾਹੁੰਦਾ ਫਿਰ ਦੇਖੋ ਨਾ ਜੀ ਕੁੰਡਲੀ ਤੇਰੇ ਮੂੰਹ ਨੂੰ ਦੇਖ ਰਿਹਾ ਮੇਰੇ ਮੂੰਹ ਨੂੰ ਕਿੱਥੇ ਗਾਂਧੀ ਜੀ ਦੇ ਮੂੰਹ ਨੂੰ ਦੇਖਣ ਲੱਗਿਆ ਆ ਕੀ ਕੁੰਡਲੀ ਮੁਤਾਬਕ ਕੁੜੀ ਤਾਂ ਮੰਗਲੀਕ ਹੈ ਤੇ ਮੁੰਡਾ ਮੁੰਡਾ ਵੀ ਮੰਗਲੀਕ ਹੈ ਪੜੀ ਜੀ ਇਹਦਾ ਮਤਲਬ ਵਿਆਹ ਦਾ ਯੋਗ ਬਣਦਾ ਉਹ ਯੋਗ ਐ ਨਹੀਂ ਬਣਦੇ ਵਿਆਹ ਦੇ ਯੋਗ ਲਈ ਦੋਨਾਂ ਦੇ 18 ਗੁਣ ਮਿਲਣੇ ਚਾਹੀਦੇ ਆ ਪਰ ਇਹਨਾਂ ਦੇ ਤਾਂ 27 ਮਿਲਦੇ ਆ ਪੰਡਿਤ ਜੀ ਫਿਰ ਕੱਢੋ ਵਿਆਹ ਦੀ ਤਰੀਕ ਵਿਆਹ ਵਿਸਾਖੀ ਤੋਂ ਬਾਅਦ ਬਣਦਾ ਹੁਣ ਕੀ ਹੋਇਆ ਜੀ ਹੁਣ ਤਾਰਾ ਡੁੱਬਿਆ ਪੰਡਿਤ ਜੀ ਇਹ ਤਾਰਾ ਤਰੂਗਾ ਕਦੋਂ ਮੇਰਾ ਮਤਲਬ ਵਿਆਹ ਕਰਦਾ ਰੱਖੀ ਜੇਠ ਦਾ ਰੱਖ ਲਓ ਪੰਡਿਤ ਜੀ ਜੇਠ ਵੀ ਇਹੀ ਆ ਦਿਓਰ ਵੀ ਇਹੀ ਆ ਸਾਡਾ ਕੱਲਾ ਕੱਲਾ ਮੁੰਡਾ ਤੁਸੀਂ ਸਾਫ ਸਾਫ ਤਰੀਕ ਦੱਸੋ ਉਹ ਸਮਝਦੇ ਕਿਉਂ ਨਹੀਂ ਦੱਸੀ ਤਾਂ ਜਾਣਾ 15 ਮਈ ਤੋਂ ਲੈ ਕੇ ਕੜਾਕੇ ਦੀ ਠੰਡ ਤੱਕ ਜਦ ਮਰਜ਼ੀ ਡੀਜੇ ਵਜਾ ਲਿਓ ਮਾਮਾ ਜੀ ਓ ਦੇ ਲੈ ਗੇੜਾ ਨੀ ਦੇ ਲੈ ਗੇੜਾ ਦੇ ਲੈ ਗੇੜਾ ਨੀ ਦੇ ਲੈ ਓਏ ਰੋਕੋ ਗੇੜਾ ਇੱਕ ਸਮੱਸਿਆ ਲੱਗਦਾ ਬਹਿ ਗਿਆ ਬੇੜਾ ਬਹਿ ਜਾ ਮੈਂ ਤਾਂ ਬਹਿਣ ਹੀ ਲੱਗਿਆ ਸੀ ਮੇਰੇ ਤੋਂ ਅੱਗੇ ਨਹੀਂ ਖੜਿਆ ਜਾਂਦਾ ਉਹ ਪੰਡਿਤ ਜੀ ਹੁਣ ਕੀ ਨਵਾਂ ਸੱਪ ਕੱਢਤਾ ਸੱਪ ਵੀ ਮਿੱਟੀ ਖਾਣਾ ਨਹੀਂ ਕੋਬਰਾ ਨਿਕਲਿਆ ਕੋਬਰਾ ਕੀ ਮਤਲਬ ਪੰਜਵੇਂ ਘਰ 'ਚ ਨਾੜੀ ਦੋਸ਼ ਨਿਕਲਿਆ ਪੰਜਵਾਂ ਘਰ 1 2 3 ਫਿਰ ਨਹੀਂ ਤਾਂ ਤੀਜਾ ਘਰ ਹੈਗਾ ਸਰਦਾਰ ਜੀ ਦਾ ਤੇ ਪੰਜਵਾਂ ਹੈਗਾ ਬਖਤੌਰੇ ਦਾ ਉਹ ਪੰਡਿਤ ਜੀ ਉਹਨਾਂ ਦੇ ਘਰੇ ਜੋ ਮਰਜ਼ੀ ਨਿਕਲ ਜਾਵੇ ਤੁਸੀਂ ਸਾਡੇ ਘਰ ਦੀ ਗੱਲ ਕਰੋ ਉਹ ਗੱਲ ਕਰਨ ਦਿਓ ਪੰਡਿਤ ਜੀ ਤੁਸੀਂ ਕੁਛ ਘਰ ਬਾਰੇ ਕਹਿ ਰਹੇ ਸੀਗੇ ਪੰਜਵਾਂ ਘਰ ਸੰਤਾਨ ਸੁੱਖ ਦਾ ਹੁੰਦਾ ਜੋ ਖਾਲੀ ਹੈ ਮਤਲਬ ਇਹ ਵਿਆਹ ਤਾਂ ਹੋ ਜੂਗਾ ਪਰ ਇਹ ਬੱਚੀ ਕਦੇ ਮਾਂ ਨਹੀਂ ਬਣ ਸਕਦੀ ਅਰਥਾਤ ਪੂਨੀਆ ਵੰਸ਼ ਅੱਗੇ ਨਹੀਂ ਵਧ ਸਕਦਾ ਸਾਰੇ ਪੁੱਠੇ ਇਹਦੇ ਤੀਰ ਵੀ ਬਣਦੇ ਤੁੱਕੇ